ਕੱਟਣ ਮੰਡੀ ਕੱਟੀਆਂ ਛੋਟੀਆਂ, ਕੀ ਮੁੱਲ ਕਰ ਰਿਹਾ ਭਾਅ ਜੀ? 65,000 ਵਜ਼ਨ ਕਿੰਨਾ ਕੁ ਹੋਏਗਾ ਇਹਦਾ? ਹੈ ਗੋਸ਼ਤ 60-65 ਕਿਲੋ, ਯਾਨੀ ਕਿ ਗੋਸ਼ਤ ਹੈ 65,000 ਰੁਪਿਆ ਅਤੇ 60 ਕਿਲੋ ਦੀ ਕੱਟੀ। ਨੰਬਰ ਸ਼ੰਬਰ ਹੈ ਆਪਣਾ, ਵਪਾਰੀ ਹੋ, ਬੋਲੋ ਤਾਂ ਨੰਬਰ। 0306-28-18-561 ਠੀਕ ਹੋ ਗਿਆ। ਕੀ ਮੁੱਲ ਕਰ ਰਹੇ ਇਹਦੇ ਝੋਟੀਆਂ ਦਾ? ਹੈਂ ਤੂੰ ਜੋੜੇ ਦਾ? ਜੋੜਾ 1,70,000 ਦਾ। ਇਹ ਜੀ ਲੁੱਡਨ ਮੰਡੀ ਦੇ ਰੇਟ ਨੇ, ਫਰੈਸ਼ ਰੇਟ, ਸੋਹਣੀ ਹੈ ਝੋਟੀ। ਨੰਬਰ ਹੈ ਆਪਣੇ ਕੋਲ, ਬੋਲੋ ਤਾਂ। ਹਾਂਜੀ, ਕਿਹੜਾ ਇਲਾਕਾ ਆਪਣਾ? ਲੁੱਡਨ ਦੇ। ਹੋਰ ਜਾਨਵਰ ਚਾਹੀਦੇ ਹੁਣ ਮਿਲ ਜਾਣਗੇ? 1,70,000 ਮਤਲਬ 85,000 ਦੀ ਇੱਕ ਪੈ ਗਈ ਹੈ, 80-85 ਕਿਲੋ ਦੀ ਹੈਗੀ ਆ, 80-85,000 ਦੀ ਪੈ ਗਈ ਤਕਰੀਬਨ। ਸਹੀ ਆ, ਕੀ ਮੁੱਲ ਕਰ ਰਹੇ ਭਾਅ ਜੀ? ਕੀ ਮੁੱਲ ਕਰ ਰਹੇ? 65,000 ਪਰਲੀ ਦਾ। 55,000 ਇਹਦਾ, 65,000 ਥੋੜ੍ਹਾ ਇਹ ਜੀ, 65,000 ਦੀ। ਠੀਕ ਹੋ ਗਿਆ ਸਰ, ਠੀਕ ਹੋ ਗਿਆ। ਆ ਗਈ 55,000 ਰੁਪਏ ਦੀ। ਮੋਬਾਈਲ ਨੰਬਰ ਹੈਗਾ ਆਪਣੇ ਕੋਲ? ਮੋਬਾਈਲ ਨੰਬਰ ਹੈਗਾ, ਬੋਲੋ ਤਾਂ। 26-0-28-6-40-74 ਸਹੀ ਹੋ ਗਿਆ। ਇਹ ਜੀ ਲੁੱਡਨ ਮੰਡੀ ਹੈ, ਵੇਖ ਲਓ ਕੱਟੀਆਂ ਮਾਸ਼ਾਲਾ, ਝੋਟੀਆਂ ਵੀ ਵਾਫਰ ਹੁੰਦੀਆਂ, ਦੋਂਦੀਆਂ ਝੋਟੀਆਂ ਲੱਭਣ ਗਈਆਂ। ਇਹ ਆ ਗਈਆਂ ਜੀ ਝੋਟੀਆਂ, ਕੀ ਮੁੱਲ ਕਰ ਰਹੇ ਇਹਨਾਂ ਦਾ? ਕੀ ਮੁੱਲ ਕਰ ਰਹੇ? 1,15,000 ਦੋਨਾਂ ਦਾ। 1,15,000 ਮਤਲਬ 57,000 ਦੀ ਇੱਕ ਪੈ ਗਈ, 57,500 ਦੀ। ਸਹੀ ਹੈ, ਸੋਹਣੀਆਂ। ਨੰਬਰ ਸ਼ੰਬਰ ਹੈ ਆਪਣਾ ਮੋਬਾਈਲ ਨੰਬਰ? ਵਪਾਰੀ ਹੋ, ਵਪਾਰੀ ਹੋ, ਬੋਲੋ ਤਾਂ ਨੰਬਰ ਹੈ। 0301-55-83-52-92 ਠੀਕ ਹੋ ਗਿਆ। ਕੀ ਮੁੱਲ ਕਰ ਰਹੇ ਜੋੜੇ ਦਾ? 1,20,000 ਜੋੜੇ ਦਾ। ਮੋਬਾਈਲ ਨੰਬਰ ਬੋਲੋ ਤਾਂ। 1,20,000 ਬਾਬਾ ਜੀ, ਕੀ ਮੁੱਲ ਕਰ ਰਹੇ ਝੋਟੀਆਂ ਦਾ? 2,50,000 ਇਹ ਵੱਡੀਆਂ ਨੇ, 2,50,000 ਰੁਪਇਆ। ਸੋਹਣੀਆਂ ਚੂਰ ਗੁੰਡੀਆਂ, ਸੋਹਣੇ ਸਾਫ ਸੁਥਰਾ ਮਾਲ। 2,50,000 ਮਤਲਬ 1,25,000 ਦੀ ਪੈ ਗਈ ਇੱਕ, ਹੈ ਅਤੇ ਆਹ ਹੈ 1,20,000 ਦੀ, ਮਤਲਬ ਇਹ ਪੈ ਗਈ 60,000 ਦੀ। ਅਤੇ ਹੁਣ ਦੇਖ ਲਵੋ ਫਰਕ, ਆਪ ਹੀ ਉਹ 1,60,000 ਦੀ ਪੈ ਗਈ, ਆਹ 1,25,000 ਦੀ ਪੈ ਗਈ। ਨੰਬਰ ਸ਼ੰਬਰ ਹੈ ਆਪਣਾ, ਬੋਲੋ ਤਾਂ। 0301-55-73-7,00,000 ਕੋਈ ਸ਼ੱਕ ਨਹੀਂ ਯਾਰ, ਦੋਂਦੀਆਂ ਝੋਟੀਆਂ ਵੀ ਬੜੀਆਂ ਇਸ ਮੰਡੀ ਜਾਂਦੀਆਂ ਜੀ। ਇਹਨਾਂ ਕੋਲ ਚੱਲਦੇ ਹਾਂ, ਇਹਨਾਂ ਦਾ ਰੇਟ ਲੈਂਦੇ ਹਾਂ, ਕੀ ਕਹਿੰਦੇ ਛੋਟੀਆਂ ਨੇ। ਬਾਬਾ ਜੀ, ਕੀ ਮੁੱਲ ਕਰ ਰਹੇ?
55,000 ਸਮਝ ਲਓ ਜੀ, 1,000 ਰੁਪਈਏ ਕਿਲੋ ਲੱਭਣੀ ਆ ਅਤੇ ਇਹ 55 ਕਿਲੋ ਦੀਆਂ ਨਹੀਂ ਹੈ, ਛੋਟੀਆਂ 30-30 ਕਿਲੋ, 35-35 ਕਿਲੋ ਲੈ ਲਓ, 35-35,000 ਰੁਪਇਆ ਦੀਆਂ। ਕੀ ਮੁੱਲ ਕਰ ਰਿਹਾ ਇਹਨਾਂ ਦਾ? 65,000 ਛੋਟੀਆਂ ਛੋਟੀਆਂ ਬਿਲਕੁਲ ਜੀ, 65,000। ਠੀਕ ਹੈ ਜੀ, ਵੀਡੀਓ ਚੰਗੀ ਲੱਗੇ ਸ਼ੇਅਰ ਵੀ ਕਰੋ ਸਾਡੀ।